ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ ਦੇ ਵਿੱਚ। ਦੋਸਤੋ, ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੰਟੈਲੀਜੈਂਸ ਬਿਊਰੋ, ਜਿਹੜੀ ਕਿ ਗੌਰਮੈਂਟ ਆਫ ਇੰਡੀਆ ਦੇ ਅਧੀਨ ਹੈ, ਉਸ ਦੇ ਵਿੱਚ 1054 ਵੈਕੈਂਸੀਆਂ ਜਿਹੜੀਆਂ ਹਨ ਨਿਕਲੀਆਂ ਹੋਈਆਂ ਹਨ, ਉਸ ਦੇ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ। ਦੋਸਤੋ, ਇਹ ਵੈਕੈਂਸੀਆਂ ਸਿਕਿਉਰਿਟੀ ਅਸਿਸਟੈਂਟ ਜਾਂ ਐਕਸੀਕਿਊਟਿਵ ਦੀਆਂ ਵੈਕੈਂਸੀਆਂ ਹਨ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਜੇਕਰ ਅਸੀਂ ਇਹਨਾਂ ਵੈਕੈਂਸੀਆਂ ਦੀ ਗੱਲ ਕਰੀਏ ਤਾਂ ਇਹ ਵੈਕੈਂਸੀਆਂ ਕਾਫੀ ਸਟੇਟ ਦੇ ਵਿੱਚ ਨਿਕਲੀਆਂ ਹੋਈਆਂ ਹਨ, ਪਰ ਅਸੀਂ ਇਸ ਦੇ ਵਿੱਚ ਕੇਵਲ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੀਆਂ ਅਸਾਮੀਆਂ ਦੇ ਬਾਰੇ ਹੀ ਗੱਲ ਕਰਾਂਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਨੰਬਰ 4 ਦੇ ਵਿੱਚ ਵੈਕੈਂਸੀਆਂ ਅੰਮ੍ਰਿਤਸਰ ਦੀਆਂ ਹਨ, ਜਿਸ ਦੇ ਵਿੱਚ ਕਿ ਤੁਹਾਨੂੰ ਲੋਕਲ ਲੈਂਗੁਏਜ ਦਾ ਗਿਆਨ ਹੋਣਾ ਚਾਹੀਦਾ ਹੈ, ਜਿਵੇਂ ਕਿ ਪੰਜਾਬੀ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਨੰਬਰ 8 ਦੇ ਵਿੱਚ ਚੰਡੀਗੜ੍ਹ ਦੀਆਂ ਅਸਾਮੀਆਂ ਹਨ, ਜਿਸ ਦੇ ਵਿੱਚ ਤੁਹਾਨੂੰ ਪੰਜਾਬੀ ਅਤੇ ਹਿੰਦੀ ਜਾਂ ਹਿੰਦੀ ਲੈਂਗੁਏਜ ਦਾ ਜਿਹੜਾ ਹੈ ਉਹ ਗਿਆਨ ਹੋਣਾ ਚਾਹੀਦਾ ਹੈ। ਇਸ ਦੇ ਵਿੱਚ 14 ਵੈਕੈਂਸੀਆਂ ਹਨ, ਜਦਕਿ ਅੰਮ੍ਰਿਤਸਰ ਦੇ ਵਿੱਚ 52 ਅਸਾਮੀਆਂ ਹਨ। ਇਸ ਤੋਂ ਇਲਾਵਾ ਹੋਰ ਪ੍ਰਾਂਤਾਂ ਦੀਆਂ ਅਸਾਮੀਆਂ ਵੀ ਜਿਹੜੀਆਂ ਕਿ ਤੁਹਾਡੀ ਸਕਰੀਨ ਉੱਤੇ ਦਿਖਾਈ ਦੇ ਰਹੀਆਂ ਹਨ, ਉਸ ਦੇ ਨਾਲ ਹੀ ਉਹਨਾਂ ਦੀ ਲੈਂਗੁਏਜ ਵੀ ਦਰਸਾਈ ਗਈ ਹੈ। ਇਹ ਕੁੱਲ ਮਿਲਾ ਕੇ 1054 ਵੈਕੈਂਸੀਆਂ ਜਿਹੜੀਆਂ ਹਨ ਬਣਦੀਆਂ ਹਨ। ਇਸ ਤੋਂ ਬਾਅਦ ਅਸੀਂ ਇਸ ਦੀ ਕੁਆਲੀਫਿਕੇਸ਼ਨ ਦੇ ਬਾਰੇ ਵਿੱਚ ਗੱਲ ਕਰਦੇ ਹਾਂ। ਇਸ ਦੇ ਲਈ ਤੁਹਾਡਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਕਿਸੇ ਇੱਕ ਲੋਕਲ ਲੈਂਗੁਏਜ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਜੇਕਰ ਅਸੀਂ ਏਜ ਦੀ ਗੱਲ ਕਰੀਏ ਤਾਂ ਇਸ ਦੇ ਲਈ 27 ਸਾਲ ਉਮਰ ਹੋਣੀ ਚਾਹੀਦੀ ਹੈ ਅਤੇ ਬਾਕੀ ਕੈਟਾਗਰੀ ਜਿਵੇਂ ਕਿ SC ST ਨੂੰ 5 ਸਾਲ ਦੀ ਛੋਟ ਹੈ ਅਤੇ OBC ਕਾਸਟ ਨੂੰ 3 ਸਾਲ ਦੀ ਛੋਟ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ Tier 1 ਟੈਸਟ ਲਿਆ ਜਾਵੇਗਾ, ਜਿਹੜਾ ਕਿ 100 ਨੰਬਰ ਦਾ ਹੋਵੇਗਾ ਅਤੇ 2 ਘੰਟੇ ਦਾ ਹੋਵੇਗਾ। ਜਿਹੜੇ ਕੈਂਡੀਡੇਟ ਇਸ ਐਗਜ਼ਾਮ ਨੂੰ ਪਾਸ ਕਰਨਗੇ ਉਹਨਾਂ ਦੇ ਵਿੱਚੋਂ ਸ਼ੋਰਟ ਲਿਸਟ ਕੈਂਡੀਡੇਟ ਜਿਹੜੇ ਹਨ ਉਹ Tier 2 ਟੈਸਟ ਦੇ ਲਈ ਐਲੀਜੀਬਲ ਹੋਣਗੇ ਅਤੇ ਉਹਨਾਂ ਦਾ ਇੱਕ 50 ਨੰਬਰ ਦਾ ਪਹਿਲਾਂ ਪੇਪਰ ਹੋਵੇਗਾ, ਜਿਸ ਦੇ ਵਿੱਚੋਂ ਤੁਹਾਡੇ 20 ਨੰਬਰ ਪ੍ਰਾਪਤ ਕਰਨੇ ਜ਼ਰੂਰੀ ਹਨ। ਇਸ ਤੋਂ ਬਾਅਦ ਸ਼ੋਰਟ ਲਿਸਟਡ ਕੈਂਡੀਡੇਟ ਨੈਕਸਟ ਰਾਊਂਡ ਦੇ ਵਿੱਚ ਜਾਣਗੇ Tier 3 ਦੇ ਵਿੱਚ, ਜਿਸ ਦੇ ਵਿੱਚ ਤੁਹਾਡਾ ਪਰਸਨੈਲਿਟੀ ਟੈਸਟ ਅਤੇ ਇੰਟਰਵਿਊ ਹੋਵੇਗੀ, ਜਿਹੜੀ ਕਿ 50 ਨੰਬਰ ਦੀ ਹੋਵੇਗੀ। ਦੋਸਤੋ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਫੀਸ ਦੀ, ਜਿਹੜੀ ਕਿ ₹50 ਹੈ ਮੇਲ ਕੈਂਡੀਡੇਟ ਦੇ ਲਈ, ਜਨਰਲ ਅਤੇ OBC ਕੈਂਡੀਡੇਟ ਜਿਹੜੇ ਹਨ, SC ST ਕੈਂਡੀਡੇਟ ਅਤੇ ਫੀਮੇਲ ਨੂੰ ਫੀਸ ਇਹ ਮਾਫ ਹੈ। ਕੈਂਡੀਡੇਟ ਫੀਸ ਨੂੰ ਆਫਲਾਈਨ ਅਤੇ ਆਨਲਾਈਨ ਪੇ ਕਰ ਸਕਦੇ ਹਨ। ਇਸ ਤੋਂ ਬਾਅਦ ਅਪਲਾਈ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ, ਇਸ ਦੇ ਲਈ ਤੁਸੀਂ MHA.gov.in ਅਤੇ NCS.gov.in ਉੱਤੇ ਸਿਰਫ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਸੀਂ 20/10/2018 ਤੋਂ 10/11/2018 ਤੱਕ ਅਪਲਾਈ ਕਰ ਸਕਦੇ ਹੋ। ਦੋਸਤੋ, ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਨੋਟੀਫਿਕੇਸ਼ਨ ਦੇ ਲਿੰਕ 'ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਇਸ ਨੂੰ ਖੁਦ ਜ਼ਰੂਰ ਪੜ੍ਹ ਲਵੋ। ਸੋ ਦੋਸਤੋ, ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਇਸ ਦੇ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ।